ਨਾ ਕੋਈ ਨਹੀਂ ਚੱਲਿਆ ਵੀਡੀਓ ਦਫ਼ਤਰ ਇਲੈਕਸ਼ਨ ਲੜਾਂਗੇ ਟਿਕਾ ਕੇ, ਵੇਖਦਾ ਕਿਹੜਾ ਕਾਗਜ਼ ਰੱਦ ਕਰਦਾ ਅਤੇ ਕਿਹੜਾ ਕੀ ਕਰਦਾ। ਐਡੀ ਇਹ ਚੂੜੀਆਂ ਨਹੀਂ ਪਾਈਆਂ ਜਿਹਨੂੰ ਕਹਿੰਦੇ ਮੈਚ ਵੇਖਣਾ, ਕਾਗਜ਼ ਰੱਖਣ ਸਾਡੇ ਅਤੇ ਆ ਕੇ ਵੇਖਣ ਵੀ ਸਰਪੰਚ ਕਿਹਦੇ ਜਿੱਤਦੇ ਆ। ਦੇਖ ਸਕਦੇ ਵੀ ਕਾਂਗਰਸੀਆਂ ਵੱਲੋਂ ਇੱਥੇ ਡੀਸੀ ਦਫ਼ਤਰ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ, ਜਿਹਨਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਔਰ ਸੁਖਜਿੰਦਰ ਰੰਧਾਵਾ ਜਿਹੜੇ ਗੁਰਦਾਸਪੁਰ ਤੋਂ MP ਨੇ ਔਰ ਦਵਿੰਦਰਮੀਤ ਸਿੰਘ ਪਾੜਾ ਅਤੇ ਦਵਿੰਦਰ ਸਿੰਘ ਬਾਜਵਾ ਜਿਹੜੇ SC ਨੂੰ ਲੈ ਕੇ ਆਏ ਵੀ ਜਿਹੜੇ ਜਵਾਰ ਵੰਡਾਂ ਦੇ ਅਧਿਕਾਰੀ ਨੇ ਉਹ ਇਹਨਾਂ ਨੂੰ NOC ਜਾਂ ਚੁੱਲ੍ਹਾ ਟੈਕਸ ਨਹੀਂ ਦੇ ਰਹੇ। ਤੁਸੀਂ ਦੇਖ ਸਕਦੇ ਵੀ ਇੱਥੇ ਕਾਂਗਰਸ ਵੱਲੋਂ ਜਿਹੜੇ ਦਫ਼ਤਰ ਵਿੱਚ ਵੀ ਜਾ ਕੇ ਉਹਨਾਂ ਕੋਲ ਮਿਲਣ ਦੀ ਕੋਸ਼ਿਸ਼ ਕੀਤੀ, DC ਨੇ ਮਿਲ ਸਾਡੇ ਨਾਲ ਵਰਿੰਦਰਮੀਤ ਸਿੰਘ ਪਾੜਾ ਮੌਜੂਦ ਹੈ। ਭਾਅ ਜੀ ਕੀ ਸਾਰੀ ਘਟਨਾ 'ਚ ਭਲਾ ਹੋਈ? ਘਟਨਾ ਕੋਈ ਨਹੀਂ ਚੱਲਿਆ, ਵੀਡੀਓ ਦਫ਼ਤਰ ਇਲੈਕਸ਼ਨ ਲੜਾਂਗੇ ਟਿਕਾ ਕੇ, ਵੇਖਦਾ ਕਿਹੜਾ ਕਾਗਜ਼ ਰੱਦ ਕਰਦਾ ਅਤੇ ਕਿਹੜਾ ਕੀ ਕਰਦਾ। ਐਡੀ ਇਹ ਚੂੜੀਆਂ ਨਹੀਂ ਪਾਈਆਂ ਜਿਹਨੂੰ ਕਹਿੰਦੇ ਮੈਚ ਵੇਖਣਾ, ਕਾਗਜ਼ ਰੱਖਣ ਸਾਡੇ ਅਤੇ ਆ ਕੇ ਵੇਖਣ ਵੀ ਸਰਪੰਚ ਕਿਹਦੇ ਜਿੱਤਦੇ ਆ। ਆਹ ਧੱਕੇ ਧੁੱਕੇ ਦੇ ਨਾਲ ਜੇ ਕੋਈ ਉੱਥੇ ਪੰਚਾਇਤ ਸੈਕਟਰੀ ਹਾਜ਼ਰ ਨਹੀਂ ਗਏ ਕੱਲ੍ਹ ਦੇ, ਮੈਂ ਚੱਲਿਆ ਉੱਥੇ ਥੋੜ੍ਹੀ ਦੇਰ ਤੱਕ ਆ ਜਾਓ। ਪੰਜਾਬ ਨੂੰ ਦੱਸ ਆਏ, ਅਫਸਰਾਂ ਨੂੰ ਦੱਸ ਆਏ ਹਾਂ, ਹੁਣ ਦੇਖਦੇ ਕਾਰਵਾਈ ਕੀ ਕਰਦੇ ਨਹੀਂ ਕਰਨਗੇ ਤੇ ਕੋਈ ਗੱਲ ਨਹੀਂ, ਉੱਥੇ ਫਿਰ ਮਿਲਦੇ ਆ ਆਪਣੇ ਵੀਡੀਓ ਦਫ਼ਤਰ। ਠੀਕ, ਇਹ ਤੁਸੀਂ ਦੱਸਦੇ ਵਰਿੰਦਰਮੀਤ ਸਿੰਘ ਪਾੜਾ ਜੋ ਗੁਰਦਾਸਪੁਰ ਦੇ MLA ਸੀ, ਇਹਨਾਂ ਦਾ ਕਹਿਣਾ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਧੱਕੇਸ਼ਾਹੀ ਕਰ ਰਿਹਾ ਅਤੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹ ਲੋਕੇ ਬੈਠੇ ਹੋਏ ਨੇ ਅਤੇ ਨਾ ਕੋਈ NOC ਨਹੀਂ ਉਹਨਾਂ ਦੇ ਰਹੇ। ਤੁਸੀਂ ਦੱਸਦਾ ਵੀ ਇੱਥੇ ਸਾਰੇ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਜਿਨ੍ਹਾਂ ਵਿੱਚ ਤ੍ਰਿਪਤਜਨ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ ਔਰ ਸੁਖਜਿੰਦਰ ਰੰਧਾਵਾ ਜਿਹੜੇ ਇੱਥੇ ਆਏ ਸੀ ਅਤੇ ਹੁਣ ਇੱਥੋਂ ਜਾ ਰਹੇ ਨੇ, ਉਹਨਾਂ ਦਾ ਕਹਿਣਾ ਵੀ DC ਦਫ਼ਤਰਾਂ ਵਿੱਚ ਮਿਲਣ ਵਾਸਤੇ ਕੋਸ਼ਿਸ਼ ਕੀਤੀ ਲੇਕਿਨ DC ਉਹਨਾਂ ਨੂੰ ਨਹੀਂ ਮਿਲਿਆ। ਤੁਸੀਂ ਸਦੇ ਵੈਸੇ ਪ੍ਰਤਾਪ ਸਿੰਘ ਬਾਜਵਾ ਔਰ ਸੁਖਜਿੰਦਰ ਰੰਧਾਵਾ ਤਿੰਨੇ ਇੱਥੋਂ ਹੁਣ ਜਾ ਰਹੇ, ਉਹਨਾਂ ਕਹਿੰਦੇ ਵੀਡੀਓ ਦਫ਼ਤਰ ਜਾਵਾਂਗੇ ਔਰ ਜਾ ਕੇ ਦੇਖਾਂ DC ਸਾਹਿਬ ਸਾਹਿਬ ਨੇ ਸਾਰਾ ਮਸਲਾ ਲਿਆਤਾ ਲੇਕਿਨ DC ਸਾਹਿਬ ਵੱਲੋਂ ਕੋਈ ਹੰਗਾਰਾ ਦਿੱਤਾ ਗਿਆ। DC ਸਾਹਿਬ ਦਫ਼ਤਰ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਜਦੋਂ ਗਏ ਤਾਂ ਉਹਨਾਂ ਨੂੰ ਉੱਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਤੱਕ ਲਈ ਗੁਰਦਾਸਪੁਰ ਤੋਂ ਸ਼ੰਬਰ ਬਿੱਟੂ।